الحي واجب القدر استاد ذاکرین جناب زوار شوکت النسیم صاحب رونق افروز ہو رہے ہیں ان کے فوراً بعد جناب شارع عمران شباز حیدر صاحب ان کے فوراً بعد جناب نزاکت علی جعفری صاحب رونق افروز ہو جائیں گے بار محمد و اہل بیت محمد صلوات رونق افروز نجی صلوات پڑھو بابا صاحب ਭਾਈ ਜਿਹੜੇ ਹਜ਼ਰਾਤ ਬਾਹਰ ਖਲੋਤੇ ਨੇ ਮਿਹਰਬਾਨੀ ਕਰੋ ਅੰਦਰ ਤਸ਼ਰੀਫ ਲਾਇਓ ਮਜਲਿਸ ਸ਼ੁਰੂ ਹੋ ਚੁੱਕੀ ਹੈ ਚੌਕ ਦੀ ਜ਼ੀਨਤ ਨਾ ਬਣੋ ਇਮਾਮ ਬਾਰਗਾਹ ਦੀ ਜ਼ੀਨਤ ਬਣੋ ਅੰਦਰ ਆ ਜਾਓ ਮੌਲਾਨਾ ਸਾਹਿਬ ਤੁਸੀਂ ਵੀ ਅੰਦਰ ਆ ਜਾਓ ਤੁਸੀਂ ਆਪ ਬਾਹਰ ਖਲੋਤੇ ਜੇ ਮੈਂ ਲੋਕਾਂ ਕਿੱਥੋਂ ਅੰਦਰ ਆਉਂ ਸਲਵਾਤ ਪੜ੍ਹੋ ਬਾਬਾ ਸਾਹਿਬ ਉਹਨਾਂ ਦੀ ਨਾਰਾ ਤਕਬੀਰ ਨਾਰਾ ਤਕਬੀਰ ਨਾਰਾ ਰਿਸਾਲਤ ਨਾਰਾ ਰਿਸਾਲਤ ਨਾਰਾ ਹੈਦਰੀ ਹੈਦਰੀ ਬਾਬਾ ਜ਼ਬਰਨ ਸਲਵਾ ਗੁਲਚੀ ਮੇਰੇ ਅਸ਼ਆਰ ਕੇ ਗੁਲ ਚੁਣਤੇ ਹੈਂ ਗੁਲਚੀ ਮੇਰੇ ਅਸ਼ਆਰ ਕੇ ਗੁਲ ਚੁਣਤੇ ਹੈਂ ਸੁਣ ਸੁਣ ਕੇ ਬਸਤ ਸ਼ੌਕ ਵੋ ਸਰ ਧੁੰਤੇ ਹੈਂ ਮਜਮੇ ਕਮ ਸੇ ਜੀ ਕੋ ਚੁਰਾਤਾ ਹੂੰ ਮੈਂ ਤੋ ਫਰਮਾਤੇ ਹੈਂ ਸ਼ਬੀਰ ਕੇ ਹਮ ਸੁਣਤੇ ਹੈਂ ਇਹ ਮੇਰੀ ਡਿਊਟੀ ਹੈ ਜਿਹੜੀ ਮੈਂ ਕਈ ਸਾਲਾਂ ਤੋਂ ਦੇ ਰਿਹਾ ਔਰ ਮੈਂ ਕਦੇ ਯਾਰ ਮਹਿਸੂਸ ਨਹੀਂ ਕੀਤੀ ਸ਼ਰਮ ਮਹਿਸੂਸ ਨਹੀਂ ਕੀਤੀ ਜੋ ਬੰਦੇ ਘੱਟ ਨੇ ਜਾਂ ਵੱਧ ਨੇ ਜਿਲੇ ਸਾਈਂ ਆਪ ਸੁਣਦੇ ਪੈਣ ਤਾਂ ਫਿਰ ਮੈਂ ਕਿਉਂ ਇਸਰਾਰ ਕਰਾਂ ਜੋ ਜ਼ਿਆਦਾ ਬੰਦੇ ਹੋਣ ਤਾਂ ਮੈਂ ਪੜ੍ਹ ਸਕਾਂ ਲੇਕਿਨ ਮੈਨੂੰ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਮੈਂ ਆਖੇ ਲੱਗ ਜਾਂਦਾ ਬਾਨੀਆਂ ਦਾ ਇਸਰਾਰ ਇਹ ਹੀ ਹੁੰਦਾ ਵੀ ਇਹ ਪਹਿਲੇ ਪੜ੍ਹੇ ਇਸ ਵਿੱਚ ਪਤਾ ਨਹੀਂ ਕਿਆ ਮਸਲਾ ਹੈ ਬਾਬਾ ਦੇ ਬੁਲੰਦ ਸਲਵਾਤ ਪੜ੍ਹੋ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ ਅਊਜ਼ ਬਿੱਲਾਹਿ ਮਿਨਸ بسم الله الرحمن الرحيم صلوات الحمد لله رب العالمين الصلاة والسلام على أشرف الأنبياء ਸਲੀਮ ਸਲਵਾਤ ਤੇਰੇ ਸਜੂਦ ਕੀ ਕੀਮਤ ਕੋ ਦੀਨ ਕਹਤੇ ਹੈਂ ਸ਼ਾਨ ਹੁਸੈਨ ਕੌਣ ਹੁਸੈਨ ਤੇਰੇ ਸਜੂਦ ਕੀ
की कीमत को दीन कहते हैं रसूल सैयद खुल्द बरीन कहते हैं जहां जहां भी मिले इसके हक के मतवाले हुसैन तुझको खुदा का यकीन कहते हैं दुआ अच्छा के हैदरी फरमाने मुस्तफा दा आहे जन्नत हुसैन ਮੁਸਤਫਾ ਦਾ ਜੰਨਤ ਹੁਸੈਨ ਦੀ ਜੰਨਤ ਦਾ ਸਿਰਫ ਮੱਲੇ ਮੁਹੱਬਤ ਹੁਸੈਨ ਅੱਲਾ ਭਾਵੇਂ ਜੇ ਮਸਲ ਕਹੋ ਜ਼ਹਰਾ ਦਾ ਚੰਨ ਪੂਰੇ ਕਰਨੇ ਸਵਰਾ ਭੈਣ ਫਿਰਿਆ ਬੀਬੀ ਆਦਨੀ ਦੱਸ ਕਿਤਨਾ ਖਰਚਾ ਦੀਨ ਉੱਤੇ ਮੈਨੂੰ ਲਿਖ ਦੇ ਮੇਰੀ ਸੈਨਾ ਦਿਨੀ ਮੇਰੀ ਲੈ
ਸੀ ਦਰਬਾਰ ਵਾਲੀ ਜਿਵੇਂ ਬਚਦਾ ਮੇਰੇ ਨਾਮ ਤਿਆਰ ਕੀਤੀਆਂ ਸਈਆਂ ਦਾ ਦਿਨੀਆਂ ਬਾਸ ਜੀਆਂ ਕਾ ਜੀ ਮੌਲਾ ਮਦੀਨੇ ਦੇ ਲੋਕਾਂ ਨੂੰ ਮਦੀਨੇ ਦੇ ਚੌਕ ਜੀ ਇਕੱਠਾ ਕਰ ਉਹਨਾਂ ਨੂੰ ਆਖ ਹੁਸੈਨ ਪਿਆਦਨ ਮੁਹੰਮਦ ਦਾ ਪੁੱਤ ਪਿਆਦਨ ਅਲੀ ਦਾ ਪੁੱਤਰ ਪਿਆਦਨ ਤੁਹਾਡੇ ਸ਼ਹਿਰ ਦੇ ਵਿੱਚ ਮੈਂ ਵੱਲ ਨਾਇਆ ਮੈਥੋਂ ਬੇ ਚੱਕ ਕਸਮ ਚਵਾ ਤੇ ਬਿਨ ਬਈਅਤ ਦੇ ਅੱਜ ਮੈਂ ਕੋਲੋਂ ਜੋ ਆ ਗਏ ਜਿਹੜੇ ਹਜ਼ਰਾਤ ਬਾਨੂ ਆਏ ਉਹਨਾਂ ਦੀ ਬੜੀ ਮਿਹਰਬਾਨੀ ਇਹ ਥੋੜੇ ਥੋੜੇ ਅੱਗੇ ਜ਼ਰਾ ਆ ਜਾਓ ਤਾਂ ਕਿ ਮੈਂ ਤੁਹਾਨੂੰ ਕਸੀਦਾ ਸੁਣਾਵਾਂ ਮੁਰਤਜ਼ਾ ਥੱਕੀ ਹੈ ਲੈ ਮੈਂ ਜਨਾਬ ਦੇ ਸਾਹਮਣੇ ਮੁਹੰਮਦ ਅਲੀ ਆ ਜਾ ਕੀ ਤੂੰ ਕਸੀਦਾ ਪੜ੍ਹਨਾ ਹੈ ਜੰਗੇ ਖੈਬਰ ਦਾ ਮੇਰੇ ਆਕਾ ਮੁਹੰਮਦ ਮੁਸਤਫਾ ਨੇ ਐਲਾਨ ਕੀਤਾ ਹੈ ਜੋ ਮੈਂ ਖੈਬਰ ਦੀ ਜੰਗ 40 ਦਿਨਾਂ 'ਚ ਫਤਿਹ ਕਰ ਸਾਂ 39 ਦਿਨ ਗੁਜ਼ਰ ਗਏ ਖੈਬਰ ਦੀ 180 ਨਾ ਹੱਲੀ ਦੋ ਜਹਾਨਾਂ ਦੀ ਰਹਿਮਤ ਦਸਤੇ ਦੁਆ ਬੁਲੰਦ ਕੀਤੇ ਨੇ ਮੇਰੇ ਅੱਲਾ ਤੇਰਾ ਮਹਿਬੂਬਾਂ ਤੇਰਾ ਹਬੀਬਾਂ ਤੇਰੇ ਆਖਣ 'ਤੇ ਮੈਂ 40 ਦਿਨਾਂ ਦਾ ਵਾਅਦਾ ਕੀਤਾ ਜੀ 39 ਦਿਨ ਗੁਜ਼ਰ ਗਏ ਖੈਬਰ ਦੀ 180 ਨਹੀਂ ਹੱਲੀ ਹੱਥ ਫੇ ਗਏ ਵਿੱਚੋਂ ਆਵਾਜ਼ ਹੀ ਮੇਰਾ ਹਬੀਬ ਘਬਰਾ ਨਹੀਂ ਉਹਨੂੰ ਸੱਦ ਮਾਰ ਜਾਂਦੇ ਸਰ 'ਤੇ ਖੈਬਰ ਦੀ ਫਤਿਹ ਦਾ ਸਿਰ ਆਈ ਥੋੜ੍ਹੇ ਥੋੜ੍ਹੇ ਬੋਲਦੇ ਹੋ ਅਸੀਂ ਤਾਂ ਪੜ੍ਹੀ ਜਾ ਸਾਂ ਪਰ ਜਿਹੜਾ ਕੰਮ ਤੈਨੂੰ ਆਖਿਆ ਅੱਛਾ ਅੱਛਾ ਠੀਕ ਬਣਾ ਦੇ ਜਾ ਤੂੰ ਬਣਾ ਸ਼ੁਰੂ ਤੋਂ ਬਣਾ ਦੇ ਸ਼ਲਵਾਤ ਪੜੋ ਬਾਬਾ ਸਾਹਿਬ ਨੂੰ ਮੇਰਾ ਹਬੀਬ ਪਰੇਸ਼ਾਨ ਨਾ ਹੋ ਘਬਰਾ ਨਹੀਂ ਇਹ ਤੇਰਾ ਵਾਅਦਾ ਨਹੀਂ ਮੈਂ ਅੱਲਾ ਦਾ ਵਾਅਦਾ ਹੈ ਉਹਨੂੰ ਸੱਦ ਮਾਰ ਜਿਹਦੇ ਸਰ 'ਤੇ ਖੈਬਰ ਦੀ ਫਤਿਹ ਦਾ ਸਿਰ ਆਈ ਮੇਰੇ ਆਕਾ ਮੁਹੰਮਦ ਮੁਸਤਫਾ ਨੇ ਖੈਬਰ ਦੇ ਟਿੱਬੇ 'ਤੇ ਚੜ ਕੇ ਪਾਸੇ ਮਦੀਨੇ ਦੇ ਮੂੰਹ ਕਰਕੇ ਅੱਲਾ ਤੁਹਾਨੂੰ ਵਿਖਾਵੇ ਮਦੀਨਾ ਹੀ ਖੈਬਰ
ਆਪਣੇ ਫਿਰਾ ਅਲੀ ਨੂੰ ਸਦਮਾ ਰਿਹਾ, ਯਾ ਕਹਿਰ ਅੱਲਾ ਦੂਵੇ ਯਾ ਵਲੀ ਅਲ ਵਲੀ ਯਾ ਮਜ਼ਹਰ ਅਲ ਅਜੈਬੇ ਯਾ ਮੁਰਤਜ਼ਾ ਅਲੀ। ਅਲੀ ਮੌਲਾ ਨੇ ਇੱਕ ਗੱਲ ਮਸਜਿਦ ਨਬਵੀ ਦੇ ਵਿੱਚ ਖਲੋ ਕੇ ਸੁਣੀ, ਸਰਦਾਰ ਫਰਮਿੰਦਨ ਬਿਸਮਿਲ੍ਲਾ ਬਾਨਾ ਹਾਜ਼ਰ ਹੀ, ਬਰਦਾ ਹਾਜ਼ਰ ਹੀ, ਨੌਕਰ ਹਾਜ਼ਰ ਹੀ, ਜਨਾਬ ਕੰਬਰ ਕੋਲੋਂ ਖਲੋਤੇ ਹਨ। ਉਹਨਾਂ ਆਖਿਆ, ਮੌਲਾ ਇਹ ਗੱਲਾਂ ਕਿੰਨੇ ਨਾਲ ਪੈ ਕਰਦੇ ਹੋ? ਮੈਂ ਤੁਹਾਡਾ ਨੌਕਰ ਹਾਂ, ਮੈਨੂੰ ਤਾਂ ਤੁਸੀਂ ਐਵੇਂ ਆ ਕੇ ਨਹੀਂ ਸਕਦੇ, ਅਤੇ ਮੇਰੇ ਇਲਾਵਾ ਇਸ ਲਈ ਇੱਥੇ ਹੋਰ ਹੈ ਹੀ ਕੋਈ ਨਹੀਂ। ਅਮੀਰ ਫਰਮਾਨੇ, ਮੈਨੂੰ ਮੇਰੇ ਸਰਦਾਰ ਮੁਹੰਮਦ ਨੇ ਇਸ ਲਈ ਖੈਬਰ 'ਚ ਯਾਦ ਕੀਤਾ ਹੈ, ਅਤੇ ਮੈਂ ਹੁਣੇ ਮੰਨਣਾ ਹੈ। 39 ਨਹੀਂ ਲੰਘ ਗਏ, ਖੈਬਰ ਦੀ ਇੱਕ ਇੱਟੀ ਨਾ ਹੱਲੀ। ਇਹ ਜਿਹੜੇ ਤਰਾਏ ਪਹਿਲਵਾਨ ਹਨ, ਮਰਹਬ, ਅੰਤਰ, ਹਾਰਸ, ਇੰਨਾ ਟਹਿਲਣਾ ਸ਼ੁਰੂ ਕਰ ਦਿੱਤਾ, ਅਤੇ ਨਜੂਮੀ ਦੇ ਕੋਲ ਆਏ, ਆਦਮੀ ਪੱਥਰੀ ਸੱਟ ਕੇ ਵੇਖਣਾ, ਹੁਣ ਇੱਕ ਦਿਨ ਬਾਕੀ ਹੀ, ਫਤਿਹ ਕਹਿੰਦੀ ਮੇਰੀ ਗੱਲ ਮੁੱਕ ਗਈ। ਨਜੂਮੀ ਨੇ ਪੱਥਰੀ ਸੱਟੀ, ਜਿਹੜੀ ਇਹਨਾਂ ਦੇ ਨਾਲ ਗੱਲ ਕੀਤੀ ਹੈ ਨਾ, ਉਹ ਮੈਂ ਤੁਹਾਨੂੰ ਕਸੀਦੇ ਦੇ ਰਾਹੀਂ ਸੁਣਾਉਣੀ, ਕਸੀਦਾ ਖਾਲਸਾ ਮੇਰਾ ਆਪਣਾ ਲਿਖਿਆ ਹੋਇਆ, ਉਹ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਬਾਬਾ ਦੇ ਬੁਲੰਦ ਸਲਵਾਤ ਪੜ੍ਹੋ, ਐਵੇਂ ਨਾ ਕਰੋ ਵੱਡੇ ਮਾਨੇ ਅਲੀ ਓ ਵੇਖੋ ਆਇਆ, ਕੋ ਦੇਖ ਕਿਆ ਡਰੇਗਾ, ਮਰਹਬ ਅੰਤਰ ਕੋ ਦੇਖ ਚਾਬਨ ਦੁਆ ਮੰਗੀਆਂ, ਪਰਚਮ ਮਿਲੇ ਹਮੇ ਚੇਰੋ ਕੇ ਰੰਗ ਉੜ ਗਏ, ਹੈਦਰ ਕੋ ਦੇਖ ਐਵੇਂ ਲੈ ਰਵੇ ਮੈਨੇ ਵੇਖੋ ਚੰਬੇ ਦੀ ਕਲੀ ਨਹੀਂ ਹੋ ਸਕਦਾ, ਤੁਮ ਖੰਡ ਦੇ ਢੇਰ ਚ ਰਵੇ ਭਾਵੇਂ ਉਹ ਮਿਸ਼ਰੀ ਦੀ ਡਲੀ ਨਹੀਂ ਹੋ ਸਕਦਾ, ਜਿੱਦਾਂ ਦਿਲ ਤੇ ਤੇਰੀ ਮੋਰ ਨਹੀਂ ਉਹ ਕਦੀ ਵਲੀ ਨਹੀਂ ਹੋ ਸਕਦਾ, ਬੋਲੀ ਬਣੇ ਭਾਵੇਂ ਲੱਖ ਵਾਰੀ ਵੋ ਸੌ ਵਲੀ ਦੀ ਅਲੀ ਨਹੀਂ ਹੋ ਸਕਦਾ, ਐਵੇਂ ਨਾ ਕਰ ਵਨੇ ਮਾਵੇ ਦੋਵੇਂ ਬੁਲੰਦ ਕਹਿ ਕੇ ਗਰੀ, ਐਵੇਂ ਨਾ ਕਰ ਜੀ। ਬਿਸਮਿਲ੍ਲਾ ਮੁਲਕ ਦੀ ਨਾਮਵਰ ਸ਼ਖਸੀਅਤ ਮਲਕ ਮੁਨਜ਼ਰ ਮਾਦੀ ਉਹ ਤਸ਼ਰੀਫ ਲਾਇਆ ਹੈ,
ਉਹਨਾਂ ਦਾ ਟਾਈਮ ਤਾਂ ਨਹੀਂ ਅਜੇ ਬਣਿਆ, ਪਰ ਅੱਲਾਹ ਜੀ ਨੇ ਕਿਉਂ ਆ ਗਏ ਸ਼ਲਵਾਤ ਪੜੋ ਬਾਬਾ ਸਾਹਿਬ ਨੂੰ ਐਵੇਂ ਲੱਖਰ ਕੇ ਹੱਥ ਮਾਰ ਸ਼ਿਕਮ ਤੇ ਆਖੇ ਛਾਲਾ ਬਚੜਾ ਜੀ ਜਦਾ ਮੁਸ਼ਕਲ ਸਿਰ ਤੇ ਆਣ ਪਵੀ ਬੰਦਾ ਗੋਲ ਨਮੂਲ ਲੱਭੀ ਵੀ ਆ ਪੀਰ ਬਣਾ ਲਹਿ ਦਰ ਕੂਵੋ ਜਿਹੜਾ ਹਸ਼ਰ ਦਾ ਜ਼ਾਮਨ ਥੀ ਵੀ ਐਵੇਂ ਯਾਦ ਰੱਖ ਅਲੀ ਆਉਣਾ ਕੋਈ ਨਹੀਂ, ਖੈਬਰ ਫਤਹ ਹੋਣਾ ਕੋਈ ਨਹੀਂ, ਇਹ ਤੈਨੂੰ ਕਹਿ ਦੱਸਿਆ ਜੋ ਅਲੀ ਆਉਣਾ ਹੈ ਤੇ ਖੈਬਰ ਫਤਹ ਹੋ ਜਾਣਾ, ਤਵਜੋ ਕਰਨੀ ਮੈਂ ਪੜ੍ਹ ਕੇ ਲਵਣਾ ਹੈ ਤੇ ਫਿਰ ਇਹਨਾਂ ਪੜ੍ਹਨਾ। ਮੈਂ ਇਹਨਾਂ ਦੇ ਇਤਰਾਮ ਵਿੱਚ ਜ਼ਰਾ ਥੋੜ੍ਹਾ ਜਿਹਾ ਨਾ ਵੀ ਮਜਮਾ ਸੈੱਟ ਹੋ ਜਾਵੇ ਤੇ ਮੇਰੇ ਪਾਸੇ ਵੇਖੋ ਤੁਸੀਂ। ਕਹਿ ਦੱਸਿਆ ਜੀ ਅਲੀ ਆਉਣਾ ਹੈ ਖੈਬਰ ਫਤਹ ਜਾਣਾ ਹੈ, ਫਰਦੇ ਸਾਨੀ ਤੇ ਗੌਰ ਕਰਨਾ ਕਿਵੇਂ ਬਈ ਐਵੇਂ ਨਾ ਕਰੋ ਵੱਡੇ ਮਾਨੇ ਅਲੀਓ ਵੇਖੋ ਆਇਆ ਐਵੇਂ ਨਾ ਕਰੋ ਵੱਡੇ ਮਾਨੇ ਅਲੀਓ ਵੇਖੋ ਆਇਆ ਹੋ ਜਾਸੋ ਤੁਸਾਂ ਪਰੇਸ਼ਾਨ ਅਲੀਓ ਵੇਖੋ ਤੁਹਾਨੂੰ ਕਿੰਨੇ ਦੱਸਿਆ ਤਵਜੋ ਹੋ ਜਾਸੋ ਤੁਸਾਂ ਪਰੇਸ਼ਾਨ ਬਰਕਤ ਤਾਂ ਫਰਮਾਵੇ ਪੂਰੀ ਤਵਜੋ। ਉਹਨਾਂ ਆਖਿਆ ਯਾਦ ਰੱਖ ਅਲੀ ਆਉਣਾ ਕੋਈ ਨਹੀਂ, ਅਸਾਂ ਤੈਨੂੰ ਕਤਲ ਕਰਦੇ ਸਾਂ, ਤੈਨੂੰ ਕਤਲ ਕਰਦੇ ਸਾਂ। ਨਜੂਮੀਆ ਦਾ ਮੈਨੂੰ ਕਤਲ ਜ਼ਰੂਰ ਕਰਨਾ ਜੇ ਤੁਸੀਂ ਬਚ ਪਵੋ ਤਾਂ, ਜੇ ਤੁਸੀਂ ਜਿਉਂਦੇ ਰਹੋ ਮੈਨੂੰ ਕਤਲ ਜ਼ਰੂਰ ਕਰਨਾ। ਉਹਨਾਂ ਖੇੜੇ ਵਸੂਕ ਨਾਲ ਕਿਵੇਂ ਗੱਲਾਂ ਕਰਦਾ ਪਿਆ ਨਜੂਮੀਆ ਦਾ ਪਿਆ, ਉਹ ਪਿਛਲਿਆਂ ਤੇ ਨਾ ਭੁੱਲਿਆ ਰਹਿਣਾ ਹੈਦਰ ਦਾ ਤੁਸਾਂ ਵਾਰ ਨਹੀਂ ਸਹਿਣਾ। ਜੇ ਤੁਸੀਂ ਬਚ ਪਵੋ ਮੈਨੂੰ ਜ਼ਰੂਰ ਮਾਰਿਆ। ਉਹਨਾਂ ਖੇੜੇ ਵਸੂਕ ਨਾਲ ਕਿਵੇਂ ਗੱਲਾਂ ਕਰਦਾ ਪਿਆ ਨਜੂਮੀਆਂ ਦਾ ਪਿਆ, ਹੋ ਪਿਛਲਿਆਂ ਨਾ ਭੁੱਲਿਆ ਰਹਿਣਾ ਹੈਦਰ ਦਾ ਤੁਸਾਂ
ਅੱਗੇ ਜਾਣਾ, ਮੈਂ ਕਸੀਦਾ ਮੁਕੰਮਲ ਕਰਾਂ। ਕਿੰਨੇ ਸਾਡੇ ਮਹਿਮਾਨ ਤੇ ਇਹ ਨਾ ਆਖਦੇ ਜਾਣ ਤੂੰ ਜ਼ਾਕਰ ਬੜਾ ਡੀਠ ਆ, ਸੈਯਦਾ ਦੇ ਦਸ ਪੁੱਤਰ ਕਦਾਂ ਕਿਸੇ ਵਿੱਚ ਓ ਮੇਰੀ ਗੁਰਬਤ ਕੂਵਤ ਮੈਂ ਇਓ ਇੱਕੋ ਬੱਚਿਆਈ ਅੱਲਾ ਰਾਸੀ ਦਾਈ ਥਾ ਵਾਲ ਵਾਲ ਕੇ ਮੋਲ ਪਾ ਇੱਕ ਮੋਮਨ ਹੈ ਇੱਕ ਮੋਮਿਨ ਹੈ ਤੇਰਾ ਨੀ ਗੁਜ਼ਰ ਦੇਣਾ ਹੈ ਮੋਮਨਾ ਦੀ ਨਹੀਂ ਹੈ ਕੈਦੀ ਨੂੰ ਪੁੱਛਿਆ ਤੇਰੀ ਅੱਖਾਂ ਤੂੰ ਰਾਤ ਕਿਉਂ ਆਦੀ ਪਈ ਹੈ ਕੈਦੀ ਨੂੰ ਪੁੱਛਿਆ ਇਹ ਜਿਹੜੀ ਮਰਦ ਲੱਗੀ ਹੈ ਕਿੱਥੋਂ ਲੱਗੀ ਹੈ ਜਲੇ ਤੇਰਾ ਨੀ ਗੁਜ਼ਰੇ ਚੌਦਵਾਂ ਡੀ ਜੁਚੜਿਆ ਹੈ ਕੈਦ ਖਾਨੇ ਦੇ ਅੱਗੂਆਂ ਗੁਜ਼ਰੇ ਇਮਾਮ ਸੜਿਆ ਆਦਮੀ ਬੰਦਾ ਖੁਦਾ ਉਰਿਆ ਜਲ ਮੋਮਨ ਕੋਲੂ ਆਇਆ ਸਈਆ ਦਾ ਨੀ ਡਸਾ ਤੇਰੀ ਬੀਵੀ ਤੇਰੇ ਨਾਲ ਕਿਹੜੀਆਂ ਗੱਲਾਂ ਕਰਦੀ ਆਦਮ ਕਹਿੰਦੀ ਮੇਰੀ ਬੀਵੀ ਆਦੀ ਕੈਦੀ ਨੂੰ ਪੁੱਛਿਆ ਕੈਦੀ ਨੂੰ ਪੁੱਛਿਆ ਤੇਰੀ ਅੱਖਾਂ ਤੂੰ ਰਾਤ ਕਿਉਂ ਆਦੀ ਹੈ ਪੁੱਛਿਆ ਇਹ ਜਿਹੜਾ ਬਾਲ ਤੇਰੇ ਕੋਲ ਬੈਠਾ ਤੇਰਾ ਕੀਆਂ ਲੱਗਦਾ ਬਿਆ ਇਹ ਦੱਸਾ ਅਗਰ ਬਾਲ ਵੇਚਣਾ ਚਾਹੁੰਦਾ ਅਸਾਂ ਖਰੀਦਾਰ ਸਈਆ ਦੇ ਮੈਂ ਗਰੀਬ ਦਾ ਪੁੱਤਰ ਜਨ ਪੁੱਤਰ ਦਾ ਨਾਮ ਆਇਆ ਇਮਾਨ ਰੱਖਾਂ ਤੂੰ ਰਾਤ ਵੱਧ ਪਈ ਇਹਦੇ ਨਾਲ ਮੁੱਖਾਂ ਦੀ ਮੌਕੇ ਸਈਆ ਦੇ ਦੱਸ ਪੁੱਤਰ ਕਦਾਂ ਕਿਸੇ ਵਿੱਚ ਉਹ ਮੇਰੀ ਗੁਰਬਤ ਕੂਵਤ ਮੈਂ ਨਹੀਂ ਇਓ ਇੱਕੋ ਰਹਿ ਗਈ ਅੱਲਾ ਰਾਸੀ ਦਾਈ ਦਾ ਵਾਲ ਵਾਲ ਕੇ